ਵੱਡੀ ਖਬਰ ਦਾ ਰੁਖ ਕਰ ਲੈਣੇ ਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ। ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ, ਕਿਉਂਕਿ ਕਾਫੀ ਕਸ਼ਮਕਸ਼ ਜਿਹੜੀ ਲੱਗੀ ਹੋਈ ਸੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾਵੇ, ਉਹਨਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ। ਤਾਂ ਮਹਿਜ਼ 2 ਮਹੀਨਿਆਂ ਦਾ ਸਮਾਂ ਹੀ ਲੰਘਿਆ ਸੀ ਕਿ ਉਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। PPSC ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦੇ ਦਿੱਤਾ ਗਿਆ ਤੇ ਸੋਨੀਆ ਗਾਂਧੀ ਨੂੰ ਅਸਤੀਫਾ ਵੀ ਨਵਜੋਤ ਸਿੰਘ ਸਿੱਧੂ ਨੇ ਭੇਜ ਦਿੱਤਾ। ਵੱਡੀ ਖਬਰ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਦਿੱਲੀ ਦੇ ਲਈ ਰਵਾਨਾ ਹੋ ਰਹੇ ਨੇ, ਤਾਂ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਜਿਹੜਾ PPSC ਦੇ ਪ੍ਰਧਾਨ ਦੇ ਵਜੋਂ ਅਹੁਦੇ ਤੋਂ ਜਿਹੜਾ ਅਸਤੀਫਾ ਦੇ ਦਿੱਤਾ ਗਿਆ। ਇਸ ਤੋਂ ਪਹਿਲਾਂ ਗੱਲ ਕਰੀਏ ਤਾਂ 18 ਜੁਲਾਈ ਨੂੰ ਹੀ ਜਿਹੜਾ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ। ਉਸ ਵੇਲੇ ਵੀ ਪੰਜਾਬ ਕਾਂਗਰਸ ਦੇ ਅੰਦਰ ਲਗਾਤਾਰ ਕਲੇਸ਼ ਜਾਰੀ ਸੀ, ਜਿਸ ਤੋਂ ਬਾਅਦ ਹੁਣ ਲੱਗ ਰਿਹਾ ਸੀ ਕਿ ਇੱਕ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਪੰਜਾਬ ਕੈਬਨਿਟ ਦੀ ਪੂਰੀ ਰੀਸ਼ਫਲ ਹੋਈ, ਉਸ ਤੋਂ ਬਾਅਦ ਅੱਜ ਜਿਹੜੇ ਪੋਰਟਫੋਲੀਓਜ਼ ਨੇ ਮੰਤਰੀਆਂ ਨੂੰ ਵੰਡ ਦਿੱਤੇ ਗਏ ਸੀ, ਲੱਗ ਰਿਹਾ ਸੀ ਕਿ ਪੰਜਾਬ ਕਾਂਗਰਸ ਦੇ ਅੰਦਰ ਸਭ ਕੁਝ ਠੀਕ ਹੈ। ਪਰ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਲਈ ਰਵਾਨਾ ਹੋਏ, ਤਾਂ ਦੂਸਰੇ ਪਾਸੇ ਵੱਡਾ ਐਕਸ਼ਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਵੱਡਾ ਕਦਮ ਚੁੱਕਿਆ ਗਿਆ। PPSC ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। 18 ਜੁਲਾਈ ਨੂੰ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ, ਤਾਂ ਮਹਿਜ਼ ਜਿਹੜੇ 2 ਮਹੀਨਿਆਂ ਦਾ ਹੀ ਸਮਾਂ ਲੰਘਿਆ ਸੀ, ਜਿਸ ਤੋਂ ਬਾਅਦ ਵੱਡਾ ਕਦਮ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚੱਕਿਆ ਗਿਆ। ਇਸ ਤੋਂ ਪਹਿਲਾਂ ਜਦੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਉਹਨਾਂ ਨੂੰ ਬਣਾਇਆ ਜਾਣਾ ਸੀ, ਤਾਂ ਉਸ ਵੇਲੇ ਵੀ ਪੰਜਾਬ ਕਾਂਗਰਸ ਦੇ ਅੰਦਰ ਲਗਾਤਾਰ ਕਲੇਸ਼ ਜਿਹੜੀ ਕਸ਼ਮਕਸ਼ ਚੱਲ ਰਹੀ ਸੀ, ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਇਹ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਇਆ ਜਾਵੇ, ਪਰ ਹਾਈਕਮਾਨ ਦੇ ਵੱਲੋਂ ਫੈਸਲਾ ਲਿਆ ਜਾਂਦਾ, ਫੈਸਲੇ 'ਤੇ ਮੋਹਰ ਲਾ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਹੁਣ ਫੈਸਲਾ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਸਿੱਧਾ ਹਾਈਕਮਾਨ ਨੂੰ ਸੁਣਾ ਦਿੱਤਾ ਅਤੇ ਅਸਤੀਫਾ ਜਿਹੜਾ ਆਪਣਾ ਸੋਨੀਆ ਗਾਂਧੀ ਨੂੰ ਭੇਜ ਦਿੱਤਾ। ਦੱਸ ਦਈਏ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਇਸ ਵੇਲੇ ਚੰਡੀਗੜ੍ਹ ਏਅਰਪੋਰਟ 'ਤੇ ਮੌਜੂਦ ਨੇ, ਜਿੱਥੇ ਥੋੜ੍ਹੀ ਦੇਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਲਈ ਰਵਾਨਾ ਹੋਣਗੇ, ਤਾਂ ਦੂਸਰੇ ਪਾਸੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਸ਼ਿਮਲਾ ਤੋਂ, ਜਿਹੜੇ ਸੋਨੀਆ ਗਾਂਧੀ 20 ਸਤੰਬਰ ਤੋਂ ਸ਼ਿਮਲਾ ਦੇ ਵਿੱਚ ਮੌਜੂਦ ਸਨ, ਜਿਸ ਤੋਂ ਬਾਅਦ ਅੱਜ ਚੰਡੀਗੜ੍ਹ ਏਅਰਪੋਰਟ 'ਤੇ ਉੱਥੇ ਮੌਜੂਦ ਨੇ, ਅਤੇ ਇਸੇ ਵਿਚਕਾਰ ਨਵਜੋਤ ਸਿੰਘ ਸਿੱਧੂ PPSC ਦੇ ਪ੍ਰਧਾਨ, ਵੱਡਾ ਅਹੁਦਾ ਮਿਲਿਆ ਸੀ ਕਿ ਪੰਜਾਬ ਦੇ ਲਈ ਉਹਨਾਂ ਦੇ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਸੀ, ਤਾਂ ਦੂਸਰੇ ਪਾਸੇ ਉਹਨਾਂ ਦੇ ਵੱਲੋਂ ਹੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਤਰੀਕੇ ਦੇ ਨਾਲ ਬਗਾਵਤ ਕਾਂਗਰਸ ਦੇ ਅੰਦਰ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਸੀ, ਤਾਂ ਦੂਸਰੇ ਪਾਸੇ ਹਾਈਕਮਾਨ ਦੇ ਵੱਲੋਂ ਇਸ ਬਗਾਵਤ ਨੂੰ ਦੇਖਦੇ ਜਿਹੜਾ ਫੈਸਲਾ ਲਿਆ ਗਿਆ ਸੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲਗਾ ਦਿੱਤਾ ਜਾਵੇ। ਹਾਲਾਂਕਿ ਕਿਆਸ ਉਦੋਂ ਵੀ ਇਹ ਲੱਗ ਰਹੇ ਸੀ ਕਿ ਇੱਕ ਪਾਸੇ ਕੈਪਟਨ ਹੋਣਗੇ ਤਾਂ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਹੋਣਗੇ, ਕਿਸ ਤਰੀਕੇ ਦੇ ਨਾਲ ਪੰਜਾਬ ਦਾ ਕੰਮ ਚੱਲੇਗਾ, ਪਰ ਸਿੱਧੂ ਨੇ ਆਪਣੀ ਜਗ੍ਹਾ ਬਣਾ ਲਈ ਸੀ। ਪਰ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਤੋਂ ਅਸਤੀਫਾ ਦੇ ਜਾਂਦੇ ਨੇ, ਆਪਣੇ ਅਹੁਦੇ ਤੋਂ ਅਸਤੀਫਾ ਦੇ ਜਾਂਦੇ ਨੇ, ਜਿਸ ਤੋਂ ਥੋੜ੍ਹੇ ਹੀ ਦਿਨਾਂ ਦੇ ਬਾਅਦ ਹੁਣ ਵੱਡਾ ਕਦਮ ਇੱਕ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਚੱਕਿਆ ਗਿਆ, ਅਤੇ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਅਸਤੀਫਾ ਜਿਹੜਾ ਦੇ ਦਿੱਤਾ ਗਿਆ। ਜਿਸ ਤਰੀਕੇ ਦੇ ਨਾਲ ਹਾਈਕਮਾਨ ਦੇ ਵੱਲੋਂ ਕਾਫੀ ਵਿਰੋਧ ਤੋਂ ਬਾਅਦ ਵੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਦੇ ਬਹੁਤ ਕਰੀਬੀ ਨੇ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਾਫ਼ ਤੌਰ 'ਤੇ ਸੋਨੀਆ ਗਾਂਧੀ ਨੂੰ ਕਹਿ ਦਿੱਤਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਇਆ ਜਾਵੇ, ਪਰ ਫਿਰ ਵੀ ਹਾਈਕਮਾਨ ਦੇ ਵੱਲੋਂ ਫੈਸਲੇ 'ਤੇ ਮੋਹਰ ਲਗਾਈ ਗਈ, ਜਿਸ ਤੋਂ ਬਾਅਦ ਥੋੜ੍ਹੇ ਦਿਨਾਂ ਦਾ ਜਿਹੜਾ ਸਮਾਂ ਲੰਘਿਆ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਫਿਰ ਵਿਧਾਇਕਾਂ ਮੰਤਰੀਆਂ ਦੇ ਵੱਲੋਂ ਬਗਾਵਤ ਸ਼ੁਰੂ ਕਰ ਦਿੱਤੀ ਜਾਂਦੀ ਹੈ, ਅਤੇ ਫੈਸਲਾ ਜਿਹੜਾ ਇੱਕ ਵਾਰ ਫਿਰ ਹਾਈਕਮਾਨ ਦੇ ਹੱਥ ਦੇ ਵਿੱਚ ਹੁੰਦਾ ਕਿ ਉਹਨਾਂ ਨੂੰ ਕਿਹਾ ਜਾਂਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਵਿਧਾਇਕਾਂ ਦੇ ਵੱਲੋਂ ਵਿਧਾਇਕ ਦਲ ਦੀ ਬੈਠਕ ਸੱਦੀ ਜਾ ਰਹੀ ਹੈ, ਤਾਂ ਉਸ ਤੋਂ ਪਹਿਲਾਂ ਤੁਸੀਂ ਆਪ ਹੀ ਜਿਹੜਾ ਅਸਤੀਫਾ ਦੇ ਦੇਵੋ। ਜਿਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣਾ ਅਸਤੀਫਾ ਦੇ ਦਿੰਦੇ ਨੇ, ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਜਾਂਦੇ ਨੇ। ਚਰਨਜੀਤ ਚੰਨੀ ਅੱਜ ਹੀ ਜਿਹੜਾ ਪੋਰਟਫੋਲੀਓਜ਼ ਉਹਨਾਂ ਦੀ ਪੰਜਾਬ ਦੀ ਨਵੀਂ ਵਜ਼ਾਰਤ ਦੇ ਮੰਤਰੀਆਂ ਨੂੰ ਵੰਡੇ ਗਏ ਨੇ, ਮੰਤਰਾਲੇ ਉਹਨਾਂ ਨੂੰ ਸੌਂਪੇ ਗਏ ਨੇ, ਅਹੁਦੇ ਨੇ ਜਿਹੜੇ ਉਹ ਵੀ ਸੌਂਪੇ ਗਏ ਨੇ। ਪਰ ਦੂਸਰੇ ਪਾਸੇ ਇੱਕ ਵਾਰ ਫਿਰ ਵੱਡਾ ਫੇਰਬਦਲ, ਕਿਉਂਕਿ ਅਕਸਰ ਕਿਹਾ ਜਾਂਦਾ ਕਿ ਸਿਆਸਤ ਦੇ ਵਿੱਚ ਹਰ ਸਮੇਂ 'ਤੇ ਜਿਹੜੀ ਸਿਆਸਤ ਬਦਲਦੀ ਆ, ਅੱਜ ਕੀ ਕੱਲ੍ਹ ਨੂੰ ਕੀ ਪਰਸੋਂ ਕੀ ਹੋਵੇਗਾ, ਇਸਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ। ਜਿਸ ਤਰੀਕੇ ਦੇ ਨਾਲ ਪਹਿਲਾਂ ਪੰਜਾਬ ਕੈਬਨਿਟ ਦੀ ਰੀਸ਼ਫਲ ਹੁੰਦੀ ਆ, ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦਿੰਦੇ ਨੇ, ਤਾਂ ਉਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਦੇ ਨਾਲ ਮੁਲਾਕਾਤ ਕਰਨ ਦੇ ਲਈ ਦਿੱਲੀ ਦੇ ਲਈ ਰਵਾਨਾ ਹੋਏ, ਜਿੱਥੇ ਲੱਗ ਰਿਹਾ ਸੀ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕਰਨਗੇ। ਪਰ ਹੁਣ ਸਭ ਤੋਂ ਵੱਡੀ ਖਬਰ ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਵੀ ਸ਼ਾਮਲ ਹੋ ਜਾਂਦੀ ਹੈ ਕਿ ਉਹ PPSC ਦੇ ਪ੍ਰਧਾਨ ਤੋਂ ਅਸਤੀਫਾ ਦੇ ਜਾਂਦੇ ਨੇ। ਤਾਂ ਮਹਿਜ਼ 2 ਮਹੀਨਿਆਂ ਦਾ ਜਿਹੜਾ ਸਮਾਂ ਕਹਿ ਲਈਏ ਕਿ ਨਵਜੋਤ ਸਿੰਘ ਸਿੱਧੂ 2 ਮਹੀਨੇ ਜਿਹੜੇ PPSC ਦੇ ਪ੍ਰਧਾਨ ਰਹੇ ਨੇ, ਬਤੌਰ PPSC ਦੇ ਪ੍ਰਧਾਨ ਦੇ ਵਜੋਂ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ, ਪਰ ਮਹਿਜ਼ 2 ਮਹੀਨਿਆਂ ਤੋਂ ਬਾਅਦ ਹੀ ਹੁਣ ਉਹ ਅਚਾਨਕ ਅਸਤੀਫਾ ਦੇ ਜਾਂਦੇ ਨੇ। ਜਿੱਥੇ ਹਾਈਕਮਾਨ ਦੇ ਵੱਲੋਂ ਆਪਣੇ ਫੈਸਲੇ ਸੁਣਾਏ ਜਾਂਦੇ ਸੀ, ਹਾਈਕਮਾਨ ਦੇ ਵੱਲੋਂ ਆਪਣੇ ਫੈਸਲਿਆਂ 'ਤੇ ਮੋਹਰ ਲਾਈ ਜਾਂਦੀ ਸੀ, ਤਾਂ ਇੱਕ ਵਾਰ ਫੈਸਲਾ ਜਿਹੜਾ
इस बार नवजोत सिंह सिद्धू ने सुनाया सीधे तौर पर इस्तीफा दे दिता और जिहड़ा चिट्ठी आ जिहड़ी इस्तीफे की लैटर आ सोनिया गांधी नूं भेज दित्ती तां वड्डा फेरबदल पंजाब की सियासत इस वेले भूचाल आया होया क्योंकि विरोधियों के वल्लों लगातार निशाने ने जिहड़े विन्ने जांदे सी पर दूसरे पासे गल करिए कांग्रेस की तां कांग्रेस के अंदरूनी कलेश खत्म होने का नाम नहीं लै रहा जेकर अज के मंत्रियों की गल करिए जिन्हां नूं पोर्टफोलियोज वंडे गए ने तां उन्हां दे वल्लों यही कहा जा रहा है कि हुण सब कुछ ठीक है कांग्रेस के अंदर जिन्हें भी दिन बाकी ने क्योंकि 90 तो भी घट दिनों का जो समा रह गया उस तो बाद चोन जापता लग जाना उस तो पहला पहला उन्होंने कहा कि बेशक साढ़े को चुनौतियां ज़्यादा ने समा घटा पर असी इन्हां दिनों दे विच पंजाब कांग्रेस की पार्टी के नुमाइंदियां दे वजों आगुआं दे वलों काम पंजाब दे लोकां नूं करके दिखावांगे पर हुण वड्डा एक जिहड़ा सियासी भूचाल नवजोत सिंह सिद्धू दे वलों लिआंदा गया कि उन्होंने अपने अहुदे तो ही इस्तीफा दे दिता। इस तो पहलां जिहड़े नवजोत सिंह सिद्धू की गल करिए काफ़ी कश्मकश तो बाद काफ़ी जिहड़े कह लिए कि बयानों तो बाद जां फिर काफ़ी मुलाकातों तो बाद उदों भी तस्वीरां सामने आईआं सी जदों दिल्ली दरबार के मैराथन बैठकों का दौर जारी सी जिस वेले कैप्टन अमरिंदर सिंह नूं भी कदे हाईकमान के वलों दिल्ली बुलाया जाता सी तां दूसरे पासे नवजोत सिंह सिद्धू नूं भी दिल्ली बुलाया जाता सी विधायकों भी बुलाया जाता सी कि किसनूं जिहड़ा प्रधान बना दिता जाए पर कैप्टन अमरिंदर सिंह दे वलों लगातार नवजोत सिंह सिद्धू का विरोध किया जा रहा सी पर फिर भी हाईकमान के वलों मोहर आ जिहड़ी नवजोत सिंह सिद्धू ते लाई जाती आ पर अज उस मोहर नूं जिहड़ा नवजोत सिंह सिद्धू ने अपने फैसला सुना के खुद ही हटा दिता गया तो इस्तीफा जिहड़ा सीधा सोनिया गांधी नूं भेज दिता जो इस वेले चंडीगढ़ के एयरपोर्ट से मौजूद ने क्योंकि 20 सितंबर तो सोनिया गांधी शिमला दे विच सन जिस तो बाद वो अज उत्थे चंडीगढ़ एयरपोर्ट से मौजूद सन पहुँचे सन दिल्ली के लिए रवाना होणगे पर उस तो पहले एक तस्वीर सामने आ रही है कि कैप्टन अमरिंदर सिंह भी चंडीगढ़ एयरपोर्ट तो दिल्ली के लिए रवाना होणगे तां तीसरी तस्वीर हुण सामने निकल के आई पंजाब की सियासत दे विच जिसने हुण भूचाल लिया के रख दिता कि पंजाब कांग्रेस के प्रधान नवजोत सिंह सिद्धू के वलों इस्तीफा दे दिता गया जेकर उन्होंने अहुदे की गल करिए जेकर जिस तरीके दे नाल उन्होंने पंजाब कांग्रेस के प्रधान के वजों जिन्ना भी 2 महीनों का जिहड़ा समा सी 18 जुलाई नूं उन्होंने पंजाब कांग्रेस का प्रधान बनाया जाता महज 2 महीने जां वध ने जिहड़े 10 दिन उह लाके चलीए तां उस तो बाद ही उह इस्तीफा दे दिंदे ने अपने इस्तीफे दे विच जो उन्हां दे वल्लों लिखिया गया कि मैं पंजाब दे नाल समझौता नहीं कर सकता पंजाब दे लोकां दे नाल समझौता नहीं कर सकता। खैर जिहड़े समझौतियां दी गल इस वेले नवजोत सिंह सिद्धू दे वल्लों कीती गई आ उह तां बाद दे विच पता लगेगी कि पंजाब दी कांग्रेस पार्टी दे अंदर की घमसान चल रहा सी किहड़े समझौतियां नूं लै के हुण नवजोत सिंह सिद्धू नूं अपना अस्तीफा देना पै गया कि उन्होंने बिना किसी सलाह मशवरे तो बिना ही हाईकमान तक अपना इस्तीफा सुट दिता अपना इस्तीफा पहुँचा दिता। इस तो पहला देखा जाता कि जो भी कोई वड्डा फैसला या वड्डा फेरबदल हुंदा तां हाईकमान के नाल सलाह मशवरा जरूर किया जाता पर इस बार वड्डा भूचाल जिहड़ा सियासी भूचाल नवजोत सिंह सिद्धू लैके आए ने बिना किसी सलाह मशवरे तो बिना किसी गलबात तो बिना किसी मीटिंग तो सीधा जिहड़ा इस्तीफा सोनिया गांधी नूं सौंप दिता तां इस्तीफे दी लैटर दी ओह तस्वीर भी तुहानूं असीं इस वेले टीवी स्क्रीन ते दिखा रहे हां जिहड़ा नवजोत सिंह सिद्धू दे वल्लों इस्तीफा दिता गया सोनिया गांधी नूं इस्तीफा सौंप दिता गया उन्होंने अपने अहुदे तों कि मैं इस्तीफा दे रहा PPSC दे प्रधान दे वजों तां इस्तीफे दा जिहड़ा उन्होंने वल्लों कारण दस्सिया गया कि मैं पंजाब दे लोकां दे नाल जां पंजाब दे नाल समझौते नहीं कर सकदा ते नाल ही उन्होंने यह भी कहा कि समझौते करन वाला व्यक्ति ही वतन बनता पर उन्होंने जिहड़ा जिक्र जरूर किया कि मैं समझौता नहीं कर सकता। खैर किहड़े समझौतियां दी गल नवजोत सिंह सिद्धू दे वल्लों कीती गई है जां कह लिए कि किहड़े समझौतियां दे चलदे जो नहीं करना चाहुंदे सी पंजाब दे नाल जिस तों बाद उन्हां दे वल्लों इस्तीफा दिता गया तां इह किहड़े समझौते ने खैर तां थोड़े समय तो बाद पता लगेगा। तां तस्वीरां इस वेले पंजाब दी सियासत दे नाल जुड़ियां होईयां 3 सामने आ रहियां ने पहली कैप्टन अमरिंदर सिंह दिल्ली दे लई रवाना हो रहे ने क्या लग रहे ने गृह मंत्री जिहड़े अमित शाह उन्होंने नाल मुलाकात होगी तो दूसरी तस्वीर जिहड़ी नवजोत सिंह सिद्धू दे वल्लों पेश कर दिती गई है कि वह उन्होंने वल्लों PPSC दे प्रधान दे वजों इस्तीफा दे दिता गया। तां तीसरी तस्वीर की गल करिए कि जिहड़ी राहुल गांधी ते सोनिया गांधी चंडीगढ़ एयरपोर्ट ते मौजूद ने अते एक तरीके दा नाल वड्डा भूचाल सियासी घमसान जिहड़ा इस वेले पंजाब दी सियासत दे विच लगातार चल रहा। इस तो पहलां लग रहा है कि हुण पंजाब कैबिनेट का रीशफल होया जिहड़े अज पोर्टफोलियोज की गल कर लिए कि मंत्रियों नूं वंड दित्ते गए ने उस तो बाद सब कुछ पंजाब कांग्रेस के अंदर ठीक हो जाएगा पर यह किसी ने नहीं सी सोचा कि शाम हुंदे हुंदे तस्वीरां इस तरह बदलणगियां ये तस्वीरां इस तरह रुख बदलणगी अपना कि पंजाब की सियासत विच ही भूचाल आ जाएगा क्योंकि कैप्टन अमरिंदर सिंह का यह स्पष्ट सी कि उन्होंने वालों थोड़े दिनों के दिल्ली फेरी तो वह जाएंगे तो हो सकता कि हाईकमान के नाल मुलाकात उन्होंने वालों की जाए ज कह लिए कि हाईकमान तो बिना होर अपने दोस्तों मिल सकते हैं क्योंकि एक प्रोटोकॉल होंगे हूँ वो अपने मुख्यमंत्री के अहुदे ते नहीं है जिस तो बाद कपूरथला हाउस भी उन्होंने खाली करना पवेगा
पर दूसरे पासे नवजोत सिंह सिद्धू की गल करिए किसी ने भी नहीं सी सोचा कि जिस लड़ाई के चलते कैप्टन अमरिंदर सिंह के नाल बागी सुर नवजोत सिंह सिद्धू नूं दिखाउणे पए जां कह लईए कि कैप्टन अमरिंदर सिंह नूं नवजोत सिंह सिद्धू के खिलाफ बागी सुर दिखाउणे पए अते जिहड़ा कलेश सीगा पंजाब दा दिल्ली दरबार तक पहुँच चुका। मैराथन बैठकां हुई जिस तों बाद सुझा जिहड़ा हाईकमान दे वल्लों फैसला भी लिया गया ते लग रहा सी कि सब कुछ सही हो जाएगा जिस तरीके दे नाल पहला कैप्टन अमरिंदर सिंह अते दूसरे पासे नवजोत सिंह सिद्धू का धड़ा सी कि आपस दे विच किस तरह इकट्ठे होकर दोवां दे वल्लों काम किया जाएगा, पर जदों अस्तीफा कैप्टन अमरिंदर सिंह दे वल्लों दे दिता जांदा तां उस तों बाद लग रहा सी कि नवजोत सिंह सिद्धू नवें मुख्यमंत्री चरणजीत चन्नी अते उहनां दे नाल डिप्टी सीएम सुखजिंदर रंधावा जां ओपी सोनी की गल कर लईए कि एक टीम के वजों काम करनगे क्योंकि काफ़ी करीबी ने आपस दे विच पहला नवजोत सिंह सिद्धू दे धड़े की गल कर लईए तां उदों भी उहनां दे विच रहे सन, पर हुण वड्डा फेरबदल होया कि अपनी टीम